एनू करो प्यार, ला दो जुत्ती के टोकन दे फिर लाएगा। ਲਾਤੀ ਉਹ 500 ਰੁਪਇਆ ਦੰਦ ਕੱਢਣ ਦਾ ਲੈ ਰਿਹਾ ਸੀ। ਅੱਛਾ, ਮੇਰੇ ਕੋਲ 250 ਦੇ ਸੀ, ਮੈਂ ਕਿਹਾ ਥੋੜ੍ਹਾ ਜਿਹਾ ਢਿੱਲਾ ਕਰ ਦੇ। ਅਤੇ ਹੁਣ ਵੀ ਤੁਸੀਂ ਦੰਦ ਸ਼ੀਸ਼ੇ 'ਚ ਕਦੀ ਵੇਖੇ ਵੀ ਨਹੀਂ ਆਪਣੇ? ਉਹ ਡਰੈਕੁਲਾ ਦੇ ਖੂਨ ਪੀਂਦਾ ਅਤੇ ਮੇਰਾ ਖਿਆਲ ਤੂੰ ਕਿਤੇ ਬੱਚਿਆਂ ਦੀ ਸਿਆਹੀ ਪੀਂਦਾ ਰਿਹਾ ਹੈ। ਅਤੇ ਅੱਜ ਸਾਡੇ ਕੋਲ ਚਿਲਤਨ ਪਿਓਰ ਦੀ ਆਈਟਮ ਆਈ ਆ, ਪੜ੍ਹੋ। ਹਾਂ ਹਾਂ, ਟੀ ਟਰੀਟ। ਉਹ ਟਰੀਟ ਨਹੀਂ ਭਾ, ਟੀ ਟਰੀ ਮਡ ਮਾਸਕ। ਨਾਜ਼ਰੀਨ ਹੈ, ਤੁਸੀਂ ਪੜ੍ਹ ਸਕਦੇ ਹੋ ਟੀ ਟਰੀ ਮਡ ਮਾਸਕ। ਸਾਹ ਜੀ, ਤੁਸੀਂ ਉੱਥੇ ਜਾਂਦੇ ਨਹੀਂ? ਅੱਛਾ ਅੱਛਾ, ਜਦੋਂ ਬੰਦਾ ਅਫੀਸ਼ੀਅਲ ਕਰਾਉਂਦਾ ਤਾਂ ਉਹ ਮਾਸਕ ਵੀ ਲਾਉਂਦੇ? ਹਾਂ, ਉਹ ਬਲੈਕ ਜਿਹਾ ਤੁਸੀਂ ਨਹੀਂ ਲਵਾਉਂਦੇ? ਮਾਸਕ ਹੁੰਦਾ ਨਾ, ਮਾਸਕ ਮਾਸਕ ਉਹ ਇਸ ਤਰ੍ਹਾਂ ਕਰਕੇ ਖਿੱਚਦੇ ਹੋ ਅਤੇ ਫਿਰ ਉਹ ਜੋ ਪਿੰਪਲ ਅਤੇ ਜੋ ਡਸਟ ਡੁਸਟ ਸਾਰੀ। ਉਹ ਸਿਆਣੇ ਉਹ ਵੀ ਕਹਿੰਦੇ ਹੁੰਦੇ ਨੇ ਹੱਡੀਆਂ ਨਾਲ ਉਹ ਮਾਸਕ ਨਹੀਂ ਉਹ ਲੈਦਾ ਹੋ ਸਕਦਾ। ਉਹ ਯਾਰ, ਉਹ ਮਾਸ ਹੁੰਦਾ ਵਾ, ਉਹ ਮਾਸਕ ਇਹ ਹੈ, ਮਤਲਬ ਮਾਸ ਵਾਸਤੇ ਇਹ ਮਾਸਕ ਆ। ਆਹੋ, ਇਹ ਨਾਜ਼ਰੀਨ ਬਹੁਤ ਅੱਛੀ ਚੀਜ਼ ਆ। ਜਦੋਂ ਮੱਖੀਆਂ ਗੋਗੇ ਤੇਰਾ ਕਰਕੇ ਆਉਣ ਗਰਦੋ ਗਬਾਰ ਵਾਸਤੇ, ਅਤੇ ਜਿਹੜਾ ਬਾਹਰ ਅੰਦਰ ਬੰਦਾ ਜਾਂਦਾ ਵਾ ਮਾਸਕ। ਮੇਰੇ 'ਤੇ ਮੱਖੀ ਬੈਠੀ ਨਾ ਅਤੇ ਮੈਂ ਇੱਥੇ ਲਿਖ ਦੇਣਾ ਗੋਗਾ ਇੱਧਰ ਹੈ। ਅੱਖ ਨਾ ਕੋਈ ਚਪਕਾਵੇ, ਮੋਬਾਈਲ ਨੂੰ ਪੜਥੂ ਪਾਵੇ, ਇਹਨੂੰ ਹਰ ਵੇਲੇ ਵੇਖੀ ਜਾਵੇ ਲਬੇਲਾ ਟੀਵੀ। ਗੱਲ ਸੁਣ ਮੇਰਾ ਪੁੱਤ ਮੇਰਾ ਚਾਹਨੇ, ਸਾਰੀ ਦੁਨੀਆ ਗਈ ਇਹਨੂੰ ਮਾਨੇ, ਇਹ ਚੈਨਲ ਨੰਬਰ 1 ਲਬੇਲਾ ਟੀਵੀ। ਤੰਗੀ ਦੇ ਹਾਲਾਤਾਂ ਵਿੱਚ ਸਭ ਨੂੰ ਹਸਾਵੇ, ਲੋਕਾਂ ਦੇ ਹਾਸੇ ਲਈ ਜਿਹੜਾ ਹਰ ਸ਼ਹਿਰ ਵਿੱਚ ਜਾਵੇ, ਉਹ ਲਬੇਲਾ ਏ। ਡੈਂਟਲ ਐਸਥੈਟਿਕਸ ਤੇ ਹੋਈ ਸੀ, ਇਹੀ ਕਿਹਾ ਸੀ ਉਹਨਾਂ ਨੇ ਜੀ। ਅਸਲਾਮ ਅਲੈਕੁਮ, ਡਾਕਟਰ ਸ਼ਹਿਜ਼ਾਦ ਸਾਹਿਬ ਇੱਥੇ ਮਿਲਦੇ ਹੈ? ਚੈੱਕਅਪ ਕਰਵਾਉਣਾ ਸੀ। ਬਹਿ ਕੇ ਚੈਕਿੰਗ ਕਰਨੀ ਕਿਉਂ ਹੁਣ? ਮੈਂ ਕਿਹਾ ਪਤਾ ਨਹੀਂ ਤੁਸੀਂ ਕਰਨੀ, ਕਹਿੰਦੇ ਬਹਿਓ ਹੁਣ, ਡਾਕਟਰ ਸਾਹਿਬ ਨੇ ਕਰਨੀ। ਅਤੇ ਅੱਗੇ ਵੀ ਕੋਈ ਮਰੀਜ਼ ਹੈ? ਲੇਟ ਤਾਂ ਨਹੀਂ ਹੋ ਜਾਵਾਂਗਾ ਮੈਂ ਅੱਗੇ ਕੰਮ? ਸੀਟ ਕਰਵਾਉਣੀ ਪੈਣੀ ਜਾਂ ਕਿਹੜਾ? ਉਹ ਕਹਿੰਦੇ ਨਾ ਸੀਟ ਡਾਈਵਰ 'ਚ ਪੈਣਾ ਵਾ ਮੈਂ, ਸਰਜਰੀ 'ਚ ਦੰਦ ਚੈੱਕ ਕਰਾਉਣੇ ਆ ਮੈਂ। ਅੱਛਾ, ਉੱਥੇ ਪਵਾਂ? ਜੀ, ਨਿਆ ਪੇਸ਼ੈਂਟ ਕੌਣ ਆਇਆ? ਸਰ, ਜੀ ਨਿਊ ਪੇਸ਼ੈਂਟ ਹੈ। ਜੀ, ਕਿਆ ਮਸਲਾ ਆਪਕਾ? ਦੰਦਾਂ ਦਾ ਮਸਲਾ। ਟਾਈਮ ਲਿਆ ਸੀ ਪਹਿਲੇ ਤੁਸੀਂ? ਹਸਨ ਖਾਲਸ ਸਾਹਿਬ ਆ ਦੋਸਤ ਨੇ ਡਾਕਟਰ ਸ਼ਹਿਜ਼ਾਦ ਸਾਹਿਬ ਦੇ, ਉਹਨਾਂ ਨੇ ਭੇਜਿਆ ਸੀ। ਡਾਕਟਰ ਸ਼ਹਿਜ਼ਾਦ ਮਿਰਜ਼ਾ ਸਾਹਿਬ ਦੇ? ਹਾਂਜੀ, ਸ਼ਹਿਜ਼ਾਦ ਮਿਰਜ਼ਾ। ਕਿਹਾ ਜੀ ਉਹਨਾਂ ਨੂੰ ਦੱਸਿਓ ਅਤੇ ਫੌਰੀ ਤੁਹਾਨੂੰ ਨਾ ਅਟੈਂਡ ਕਰ ਲੈਣਗੇ, ਅੱਗੇ ਭਾਵੇਂ ਕੋਈ ਮਰੀਜ਼ਾਂ ਦਾ ਜਿੰਨਾ ਮਰਜ਼ੀ ਰਸ਼ ਹੋਵੇ। ਚਲੋ ਕੋਈ ਨਹੀਂ, ਵੈਸੇ ਟਾਈਮ ਲੈ ਲੈਂਦੇ ਬਿਹਤਰ ਸੀ। ਹੁਣ ਤੁਸੀਂ ਆ ਗਏ ਹੋ, ਤੁਹਾਡਾ ਆਖਰੀ ਟਾਈਮ ਆ। ਬੇੜਾ ਗਰਕ ਕੀਤਾ ਹੈ ਤੁਸੀਂ, ਚੈੱਕ ਕਰ ਲੈਂਦੇ ਹਾਂ। ਉਹ ਸਟਰੈਚਰ ਵਗੈਰਾ ਤਾਂ ਲਿਆਓ, ਮੈਂ ਇੱਦਾਂ ਆਪ ਜਾਣਾ। ਬਾਈਪਾਸ ਹੋਣ ਲੱਗਾ ਤੁਹਾਡਾ ਭਾਈ, ਇੱਥੇ ਨਹੀਂ ਹੁੰਦਾ? ਇੱਥੇ ਤੁਰ ਕੇ ਨਹੀਂ ਘਰੋਂ ਆਇਆ ਤੂੰ? ਨਹੀਂ, ਮੈਨੂੰ ਮੁੰਡਾ ਲਾ ਕੇ ਗਿਆ ਮੋਟਰਸਾਈਕਲ 'ਤੇ। ਅਤੇ ਉਹਨੂੰ ਕਿਹਾ ਫਿਰ ਉੱਥੇ ਤੀਕਰ ਵੀ ਲਾ ਦੇਵੇ, ਆਓ ਮੇਰੇ ਨਾਲ। ਭਾਈ, ਮਰੀਜ਼ ਨੂੰ ਕੋਈ ਬੰਦਾ ਤੁਹਾਡੇ ਅਟੈਂਡੈਂਟ ਨਹੀਂ ਹੁੰਦੇ, ਇੱਥੇ ਲੈ ਕੇ ਜਾਵੇ ਨਾ ਨਾਲ, ਉੱਥੇ ਤੱਕ ਮੈਂ ਮਰੀਜ਼ ਆਪ ਜਾਵਾਂ ਮੈਂ ਉੱਥੇ। ਮਰੀਜ਼ ਨੂੰ ਰਕਸ਼ਾ ਕਰਾ ਦਿਆਂ ਇੱਥੋਂ, ਡਾਕਟਰ ਹੈਗਾ ਨਾ ਤੇਰੇ ਨਾਲ, ਕੀ ਹੋ ਗਿਆ? ਇਹ ਦੰਦਾਂ ਦਾ ਨਹੀਂ ਹੁੰਦਾ ਐਡਾ ਮਸਲਾ, ਆਓ ਤੁਸੀਂ। ਮੇਰੇ ਦਰਦ ਵੀ ਹੋ ਰਹੀ ਹੈ ਨਾ ਜੀ। ਤੁਸੀਂ ਦੰਦਾਂ ਭਾਰ ਤੁਰਨਾ, ਆਓ ਆਓ ਤਾਂ ਸਹੀ। ਲੈ, ਕੀ ਹੋਇਆ ਭਾਅ ਜੀ? ਆਓ ਤੁਸੀਂ ਇੱਧਰ। ਚਲੋ ਡਾਕਟਰ ਸਾਹਿਬ, ਇੱਥੋਂ ਤਾਂ ਛੱਡ ਦਿਓ, ਮੋਟਰ ਲਾਈ ਕਲੀਨਿਕ ਦੀ, ਮੈਂ ਚੈੱਕ ਵੀ ਕਰਾਉਣਾ ਮੈਂ। ਨਹੀਂ, ਤੁਸੀਂ ਆਪ ਹੀ ਕਹਿ ਰਹੇ ਸੀ ਨਾ ਮੈਂ ਡਿੱਗ ਪੈਣਾ, ਅਤੇ ਮੈਂ ਫਿਰ ਇਸ ਲਈ ਤੁਹਾਨੂੰ ਆਸਰਾ ਰੱਖਿਆ ਥੋੜ੍ਹਾ। ਆਓ ਆਦਲ, ਗਲਵਜ਼ ਲੈ ਕੇ ਆਓ, ਆ ਜਾਓ ਇੱਧਰ, ਆਪਰੇਟ ਕਰਨਾ ਜ਼ਰਾ ਤੁਸੀਂ ਥੋੜ੍ਹਾ ਜਿਹਾ। ਇਹ ਭਾਈ ਹੁਣਾਂ ਨੂੰ ਬਿਠਾਓ, ਸਿੱਧੇ ਹੋ ਕੇ, ਸਿੱਧੇ ਹੋ ਕੇ ਬਹਿ ਜਾਓ ਭਾਅ ਜੀ। ਬੈਠਾ ਸਿੱਧਾ ਹੀ ਬੈਠਾ ਭਾਅ ਜੀ, ਲੱਤਾਂ ਐਨੂੰ ਕਰੋ, ਜੁੱਤੀ ਲਾ ਦਿਓ, ਪਾਕ ਸੀਟ ਹੈ, ਲਾ ਦਿਓ ਜੁੱਤੀ। ਮੈਂ ਸਲਾਮ ਕਰਨਾ ਆ ਯਾਰ, ਜੁਗਤਾਂ ਸਾਨੂੰ ਵੀ ਆਉਂਦੀਆਂ, ਸਾਨੂੰ ਸਿਰਫ ਡਾਕਟਰ ਹੀ ਨਾ ਸਮਝ ਤੂੰ। ਇਹਨੂੰ ਕਰੋ ਪੈਰ, ਲਾ ਦਿਓ ਜੁੱਤੀ, ਕਿ ਟੋਕਨ ਦੇਈਏ ਫਿਰ ਲਾਏਗਾ। ਲਾਤੀ ਇਹ ਜੁੱਤੀ ਹੈ ਚੁੱਕਣ ਵਾਲੀ, ਜਦੋਂ ਤੂੰ ਡਰਨਦੇ ਆ। ਨਾਲ ਹੋ ਜਾਓ ਥੋੜ੍ਹੇ ਜਿਹੇ, ਕਿਸੇ ਹੋਰ ਨੇ ਵੀ ਪੈਣਾ। ਇਹ ਸਾਹਿਵਾਲ ਜਾ ਰਿਹਾ ਤੂੰ? ਬੱਸ 'ਚ ਬੈਠਾ,
थोड़े जे सीधे हो जाओ ना भाई ना, इनू करो आदल लाइट से जा लो। दंद खोलो भाजी। मूँह खोलांगा, दंद कौन खोलदा हुंदा है? वो एको ही गल है, मूँह च ही दंद है जां लैदा जेब च पाए तो। थोड़ा जिहा सीट नूं पिछे करना, खोलो दंद। ओए होए, ये बेड़ा गर्क होया पिया वा, ये अंदर तो गार बनी पई है। सिगरट पींदे हो? नहीं कई नहीं, सिगरट नहीं पींदा भाई। ओए दाड़ा का भी बेड़ा गर्क होया ताड़ियां दा। मेरा ख्याल चोरी का गुड़ खाते रहे हो तुसी, क्योंकि चॉकलेट तो तुहानू नसीब ही नहीं होनी। नहीं डॉक्टर साहब, मिठिया छियां बहुत घट खाना वा। मिठिया चीज़ मिठिया चीज़ा घट खाते हो? हाँ जी। यह घट खाने का नतीजा है? ये तो बहुत मसला तेरा यार, तू अपना पान भी खाते हो? हाँ जी खाना वा, खुशबू वाला खाना। फिर तेरे को खुशबू नहीं आ रही, ये तो तंबाकू वाले लगता खाता रहा तू। तो कभी ब्रश किया ही नहीं तुसी? नहीं ब्रश करते हैं रोज़, मसवाक लभे वह भी करते हैं, ब्रश भी करते हैं रोज़। हाँ जी कितने करदा? मेरे ख्याल किसी नूं करके आ जाना तू, झूठ नहीं बोली दा हुंदा। डॉक्टर ने जिहड़ी गल करनी है सच्ची करनी है, फिर इलाज हुंदा। अगर थोड़ी बहुत गल भी लकाएगा ना तो ये इलाज नहीं हो सकता। नहीं तुसी इलाज करना कि हलफ लेना मेरे को? नहीं नहीं, डॉक्टर नूं सही गल दसनी चाहिए, डॉक्टर नूं ते माँ प्यो नूं सही गल दसो। ये पहले चैक कराए जी किसी नूं दंद? हाँ जी डॉक्टर साहब, मेरे ना दंद च दर्द सी, मैं गया सी डेंटिस्ट को, वो 500 रुपया दंद कढ़न दा लै रहा सी। अच्छा। मेरे को 250 दे सी, मैं कहा थोड़ा जिहा ढिला कर दे। ते हुण वी ढिले कराउण आए हो? नहीं जी, हुण ते मैं तुहानूं स्पैशल दिखाउण आया वा भी इहदा की हो सकदा वा। मेरियां डॉक्टर साहब दंदां दी वजह तो 2-3 मंगणियां टुट चुकियां वा। वो किस तरह जी? लोग देखण आउंदे आ, बई ने मेरे ने छोटा गोश्त पका, सलाद, रायता, स्वीट सारा कुछ उन्होंने अगे रखते। जो मैं उन्होंने माड़ा जो हसदा अगे सामने ए करदा, आहो कहिंदे जवाब कहिंदे हुण असीं सोच के दसांगे। बस जो जवाब ही हुंदा, वो भी जो वो कहे ना असीं सोच के दसांगे, समझो जवाब आ। अच्छा जो सहुरे आउण ना तैनूं देखण वास्ते, हाँ जी, तो तू ना मूँह खोलिया ही ना कर। नहीं नहीं, वो गल्लां तो फिर करनियां होंदियां, कुछ अपना बायोडेटा, मैं कुछ सीवी दसनी, मैं किन्ना पढ़िया वा, जो मैं दसदा वा। तो तू इशारिया ना दस दिया करके, मैं ये ना छेती जवाब हो जाएगा। क्यों जी? उन्होंने कहना मुंडा बनी गूंगा। तो महल च भी किसी ने तोड़िया तेरा दंद? लड़ाई झगड़े च भी टुट जाता ना। चाय पीते हो? घंटा हो गया जी, किसी ने मंगाई नहीं। की मतलब? हाँ तो चाह मंगाओगे तो केक रस भी नाल कह देना। वो भाई तू पत्तों की तो नहीं आया, मैं वैसे कह रहा कि चाह रूटीन च पीना, क्योंकि जो नैगेटीन होंगी बहुत ज़्यादा, जिदा सिगरट च होंगी इदा ही चाह च होंगी है, पान च भी होंगी है, वो दंदा का बेड़ा गर्क कर देता। जरा विरल हो ना जो कहें, हाँ वो लक्की हूँ। एडी केड़ी विरल, फिर होर करा ला बिचो लोग नंगड़ तेरी ज़्यादा लक हो जाए। ये तो बुरा लगता वा सामने इंज करके, एड्डी झीत पैन दी है अंदरों तेरा मेधा तक नज़र आ जाए। होर खोलो। हाँ ओए, तेरिया तो सारिया दाड़ा ही खाली है। किराए तो दे दें? नहीं नहीं, अंदर है ही कख नहीं यार। वो कख क्यों नहीं? दंद वा अंदर, जबान वा, हर शह। नहीं नहीं, सारा ना अंदर कीड़ा लगा, कीड़ा समझते हो ना तुसी? दंद शीशे च कभी वेखे भी नहीं अपने? वो ड्रैकुला दे खून पींदा, तो मेरा ख्याल तू कदे बच्चियां दी स्याही पींदा रहा है। बहुत मसला खराब आ तेरा यार, ये सारे दंद नवे पैने भाजी ताडे। सारे दंद कि नवे पैने? तुम्हें ट्रीटमेंट या इन्हें तो कैप चढ़ा देंगे असी। अच्छा जी। हाँ जी, वो धुप वाली जी इतने पाई है भी? वो टेस्ट कैप नहीं तेनों दे रहा मैं, यह कैप दंदा के उत्ते चढ़ जाती है, पता ही नहीं लगता, फिर खूबसूरती हो जाती सारे दंद एक जे। आदल साहब पेशेंट तो बहुत खराब होया मसला दंदा का, तो अपने डॉक्टर साहब को बुलाना पैना। अपने बॉस को बुलाओ मिर्जा साहब। नहीं जो कुछ ज़्यादा आदल भाई कोई सीरीयस केस है तो मैं पिछले फोन करदा भी, मेरा पता नहीं की बनना। ਤੁਸੀਂ ਹੁਣ ਪਿੱਛੇ ਫੋਨ ਨਾ ਕਰੋ, ਅੱਗੇ ਕਰੋ, ਜਗ੍ਹਾ ਬਣਾਓ ਉੱਥੇ। ਹੈਲੋ ਹੈਲੋ ਕੀ ਖੈਰ ਦੇ ਆ ਗਈ? ਇਹ ਥੋੜ੍ਹਾ ਜਿਹਾ ਹੁੰਦਾ ਜੀ, ਅਸੀਂ ਆਪਣਾ ਦੇਖਣਾ ਹੁੰਦਾ ਹਰ ਚੀਜ਼। ਅੱਖਾਂ ਖੋਲੋ ਅੱਖਾਂ। ਡਾਕਟਰ ਸਾਹਿਬ ਮਸਲਾ ਤਾਂ ਦੰਦਾਂ ਦਾ ਵਾ, ਅੱਖਾਂ ਦਾ ਕੀ ਤਾਂ ਲੱਗੇ ਦੇਣਾ? ਇਹ ਜਿਹੜਾ ਨਾ ਦੰਦ ਇਹ ਹੁੰਦਾ ਦੰਦ, ਦਿਮਾਗ,
ਇਹ ਸਾਰੀਆਂ ਇੱਕੋ ਹੀ ਚੀਜ਼ਾਂ ਹੁੰਦੀਆਂ ਨੇ, ਅੱਖਾਂ ਵੀ ਇਹ ਰੋਸ਼ਨੀ ਪਿੱਛੋਂ ਹੀ ਆਉਂਦੀ ਹੈ, ਇਹ ਦੰਦਾਂ ਦੀ ਵਜ੍ਹਾ ਤੋਂ ਵੀ ਨਾ ਅੱਖਾਂ ਖਰਾਬ ਹੋ ਜਾਂਦੀਆਂ ਨੇ। ਇੰਨੀ ਲਾਈਟ ਤੁਸੀਂ ਮੇਰੀ ਅੱਖਾਂ 'ਚ ਮਾਰਨੀ ਤਾਂ ਉਦੋਂ ਕਹਿੰਦੇ ਅੱਖਾਂ ਖੋਲੋ। ਡਾਕਟਰ ਸਾਹਿਬ ਮੋਤੀ ਦਾ ਇਲਾਜ ਕਰਨਾ ਤੁਸੀਂ ਦੰਦਾਂ ਦਾ ਕਰੋ। ਉਹ ਡਾਕਟਰ ਸਾਹਿਬ ਆ ਰਹੇ ਨੇ, ਲਓ ਜੀ ਡਾਕਟਰ ਸਾਹਿਬ ਵੱਡਿਆਂ ਨੂੰ ਬੁਲਾਉਂਦੇ ਹਾਂ, ਫਿਰ ਤੁਹਾਡਾ ਕੋਈ ਟ੍ਰੀਟਮੈਂਟ ਕਰਨੇ ਅਸੀਂ। ਇਹ ਤੁਹਾਡਾ ਨਾਂ ਕੀ ਹੈ ਜੀ? ਮੇਰਾ ਨਾਂ ਗੋਗਾ ਜੀ। ਗੋਗਾ ਜੀ ਤੁਸੀਂ ਕੰਮ ਖਰਾਬ ਕਰ ਬੈਠੇ ਹੋ ਬਹੁਤ ਜ਼ਿਆਦਾ। ਮਜ਼ਾ ਆ ਰਿਹਾ ਡਾਕਟਰ ਸਾਹਿਬ, ਜਿੰਨੀ ਦੇਰ ਵੱਡੇ ਡਾਕਟਰ ਨਹੀਂ ਨਾ ਆਉਂਦੇ। ਹਾਂ ਆ ਮੈਨੂੰ ਝੂਟੇ ਦੇਈ ਜਾਓ ਥੱਲੇ ਉੱਤੇ। ਉਹ ਪੰਗੂੜੇ 'ਤੇ ਬੈਠਾ, ਤੂੰ ਝੂਟੇ ਦੇਈ ਜਾਵਾਂ ਤੈਨੂੰ? ਮੈਨੂੰ ਤਾਂ ਇੰਝ ਹੀ ਲੱਗਣ ਡਿਆ ਮੈਂ ਸਿੰਧਬਾਦ ਆਇਆ। ਨਹੀਂ ਨਹੀਂ, ਇਹ ਸਾਡੀ ਹੁੰਦੀ ਮਸ਼ੀਨਰੀ ਦਾ ਮਸਲਾ ਹੁੰਦਾ ਨਾ ਸਾਰਾ। ਇਹ ਦੇਖੋ ਪੇਸ਼ੈਂਟ ਦੀ ਜਿੱਥੇ ਐਡਜਸਟਮੈਂਟ ਹੋਵੇ ਨਾ ਉੱਥੇ ਕਰ ਲਈ ਦੀ ਅਸੀਂ। ਤੁਹਾਨੂੰ ਨਾ ਤੋੜ ਦੇਣਾ, ਲੇਕਿਨ ਤੇਰੀ ਐਡਜਸਟਮੈਂਟ ਨਹੀਂ ਹੋ ਰਹੀ ਕਿਤੇ ਵੀ। ਤੁਹਾਨੂੰ ਨਾ ਤੋੜ ਦੇਣਾ ਬਹੁਤ ਹੀ ਪਿੱਛੇ ਕਰਕੇ। ਮੂੰਹ ਖੋਲੋ ਜੀ। ਅਸਲਾਮੁਅਲੈਕੁਮ ਸਰ। ਸਰ ਬਹੁਤ ਮਸਲਾ ਖਰਾਬ ਹੈ ਇਹਨਾਂ ਦਾ। ਅੱਛਾ ਜੀ, ਕੀ ਹੋ ਰਿਹਾ? ਹੁਣ ਡਾਕਟਰ ਸਾਹਿਬ ਵੱਡੇ ਆਏ ਨੇ ਸੀਨੀਅਰ, ਇਹਨਾਂ ਨੂੰ ਝੂਠ ਨਹੀਂ ਬੋਲਣਾ। ਵਾਲੇਕੁਮ ਅਸਲਾਮ ਡਾਕਟਰ ਸਾਹਿਬ। ਇੱਕ ਤੇ ਹੋ ਜਾਓ ਤਾਂ ਨਜ਼ਰ ਹੈ ਮੈਨੂੰ। ਹੈ ਮੈਂ ਕਰ ਦੇਣਾ ਡਾਕਟਰ ਸਾਹਿਬ। ਤੁਸੀਂ ਵੀ ਹੋਏ ਉੱਤੇ ਹੋਏ ਹੋ ਕਦੀ? ਕਰ ਰਹੇ ਹਾਂ ਜੀ ਮਿਹਨਤ ਉੱਤੇ ਆਉਣ ਦੀ। ਕੀ ਕੰਮ ਕੀ ਕਰਦੇ ਹੋ? ਮੈਂ ਭਾਈ ਆ ਡਰਾਮਿਆਂ ਡਰੂਮਿਆਂ 'ਚ ਕੰਮ ਕਰਦਾ। ਇਹਨਾਂ ਦੰਦਾਂ ਨਾਲ ਹੀ ਕਰੀ ਜਾ ਰਿਹਾ? ਹੋਰ ਮੈਂ ਅੱਬੇ ਦੇ ਦੰਦ ਲੈ ਕੇ ਜਾਣੇ, ਆਪਣੇ ਨਾ ਕਰਨਾ। ਬੁਰੀ ਗੱਲ ਹੈ ਯਾਰ, ਫਨਕਾਰ ਦੀ ਖੂਬਸੂਰਤੀ ਉਹਦੀ ਸਮਾਈਲ ਹੁੰਦੀ, ਬਲਕਿ ਹਰ ਇਨਸਾਨ ਦੀ ਖੂਬਸੂਰਤੀ। ਇਹ ਸਾਡੇ ਡਾਕਟਰ ਸਾਹਿਬ ਨੇ ਇਹਨਾਂ ਨੇ ਭੇਜਿਆ ਜੀ, ਤੁਹਾਡੇ ਕੋਲ ਦੋਸਤ ਦੱਸ ਰਹੇ ਨੇ। ਡਾਕਟਰ ਸਾਹਿਬ ਮੈਂ ਉਹ ਹਸਨ ਖਾਲਦ ਸਾਹਿਬ ਨੇ ਜੀ। ਅੱਛਾ ਅੱਛਾ। ਉਹਨਾਂ ਨੇ ਭੇਜਿਆ ਸੀ, ਕਹਿੰਦੇ ਡਾਕਟਰ ਸ਼ਹਿਜ਼ਾਦ ਮਿਰਜ਼ਾ ਸਾਹਿਬ ਕੋਲ ਨਾ ਜਾਇਓ ਅਤੇ ਉਹ ਟ੍ਰੀਟਮੈਂਟ ਜਿਹੜੀ ਆਪਣੀ ਕਰਵਾ ਲਏ। ਇਹ ਡਾਕਟਰ ਸਾਹਿਬ UK ਤੋਂ ਮਾਸ਼ਾਅੱਲਾ ਕਰਕੇ ਆਏ ਨੇ, ਸਰਜਨ ਨੇ ਬੜੇ ਅੱਛੇ ਡੈਂਟਲਸ ਦੇ। ਕਰਨ ਕੰਮ ਸ਼ੁਰੂ ਫਿਰ? ਤੇ ਕੰਮ ਕੀ ਕਰਨ, ਇੰਜਣ ਖੋਲਣਾ ਵਾ ਤੇਰਾ? ਹੈ ਹੀ ਨਹੀਂ, ਕੱਖ ਵੀ ਨਹੀਂ। ਆ ਦੇਖੋ ਮੂੰਹ 'ਚ ਹਨੇਰਾ ਹੋਇਆ। ਆ ਦੇਖੋ ਸਹੀ ਹੋ। ਤੁਸੀਂ ਤੇ ਬਹੁਤ ਬੁਰਾ ਹਾਲ ਕੀਤਾ। ਇਹ ਡਾਕਟਰ ਸਾਹਿਬ ਆਪਣੇ ਕੋਲ ਇੱਕ ਬੱਕਰੇ ਦੇ ਦੰਦ ਪਏ, ਲਾ ਦਈਏ ਇਹਨਾਂ ਨੂੰ। ਕੀ ਕਰਦੇ ਹੋ, ਸਿਗਰਟ ਪੀਂਦੇ ਹੋ? ਨਹੀਂ ਨਹੀਂ, ਸਿਗਰਟ ਨਹੀਂ ਪੀਂਦਾ। ਕਿਸ ਤਰ੍ਹਾਂ ਇੰਨੇ ਖਰਾਬ ਪਾਨ ਖਾਂਦੇ? ਕਹਿੰਦਾ ਦੋਸਤ ਪੀਂਦੇ ਨੇ, ਤੇ ਮੈਂ ਕਿਹਾ ਤੇਰੇ ਮੂੰਹ 'ਚ ਧੂੰਆਂ ਮਾਰਦੇ ਹੋ। ਜਿੱਥੇ ਦੋਸਤ ਸਿਗਰਟ ਪੀਂਦੇ ਹੋਣ ਉੱਥੋਂ ਉੱਠ ਜਾਈਦਾ ਹੁੰਦਾ। ਸਰ ਹੁਣ ਕੰਪਨੀ ਆ ਜਿੱਥੇ 14 ਜਾਣੇ ਸਿਗਰਟ ਪੀਂਦੇ, ਹੁਣ ਮੈਂ ਵਾਰ ਵਾਰ ਕਿੱਥੇ ਉੱਠ ਕੇ ਜਾਣਾ? ਨਹੀਂ ਉੱਠ ਕੇ ਤਾਂ ਤੈਨੂੰ ਜਾਣਾ ਪੈਣਾ, ਤੇਰੇ ਕੋਈ ਮੰਗਾਉਂਦੇ ਹੋਣਗੇ ਗੋਗੇ ਜਾ ਸਿਗਰਟ ਫੜ ਲਿਆ, ਉਹ ਲੈ ਆ, ਉਹ ਲੈ। ਚਲੋ ਕੋਈ 150 ਬਚਦਾ ਹੀ ਹੈ, ਇੱਦਾਂ ਜਿਹੜਾ ਬਕਾਇਆ ਬੰਦਾ ਨਾ ਦਿੰਦਾ ਫਿਰ। ਬ੍ਰਸ਼ ਨਹੀਂ ਕਰਦੇ? ਹਾਂਜੀ ਬ੍ਰਸ਼ ਕਰਦਾ ਜੀ, ਰੋਜ਼ ਕਰਦਾ ਬ੍ਰਸ਼, ਲੇਕਿਨ ਆਹ ਚੀਜ਼ਾਂ ਮੇਰੇ ਖਿਆਲ ਕਿਸੇ ਨੂੰ ਕਰਦਾ ਡਾਕਟਰ ਸਾਹਿਬ, ਆਪ ਨਹੀਂ ਕਰਦਾ। ਡਾਕਟਰ ਸਾਹਿਬ ਆਪ ਹੀ ਕਰਦਾ ਵਾ, ਤੁਸੀਂ ਤਾਂ ਮੈਨੂੰ ਇੰਝ ਲੱਗਦੇ ਜਿਵੇਂ ਸਾਡੀ ਫਨਕਾਰ ਬਰਾਦਰੀ 'ਚੋਂ ਹੀ ਤੁਸੀਂ। ਇਹ ਦੰਦ ਤੁਹਾਡੇ ਨਵੇਂ ਪੈਣਗੇ ਸਾਰੇ ਸਾਰੇ? ਡਾਕਟਰ ਸਾਹਿਬ ਅਗਰ ਕੈਪ ਕਰ ਦਈਏ ਨਵੇਂ ਤਾਂ ਤੁਸੀਂ ਇੰਝ ਕਹਿਣ ਦੇ ਜਿਵੇਂ ਬੈਰਿੰਗ ਪੈਣਗੇ, ਕਿਉਂਕਿ ਇੱਦਾਂ ਥੋੜ੍ਹੇ ਡਾਕਟਰ ਕਹਿੰਦੇ ਫਲਾਣੀ ਸ਼ਾਇਦ ਤੇਰੀ ਨਵੀਂ ਪੈਣੀ। ਇਹ ਤੁਹਾਡੇ ਦੰਦਾਂ ਵਿੱਚ ਦਰਮਿਆਨ 'ਚ ਖਲਾ ਵੀ ਹੈਗੀ। ਹਾਂਜੀ, ਇਹ ਕਹਿੰਦਾ ਜੀ ਲੱਕੀ ਵਾਸਤੇ। ਅੱਛਾ ਲੱਕੀ, ਇਹ ਕਿਹਨੇ ਕਿਹਾ ਡਾਕਟਰ ਸਾਹਿਬ ਇੰਝ ਹੁੰਦਾ? ਸੁਣਿਆ ਜਿਹੜਾ ਬੰਦਾ ਆਉਂਦਾ ਜਿਹਨਾਂ ਦੀ ਸਪੀਸ ਹੁੰਦੀ ਉਹ ਕਹਿੰਦਾ ਲੱਕੀ ਹੈ, ਮੇਰੇ ਮਾਂ ਬਾਪ ਕਹਿੰਦੇ ਨੇ। ਅਗਰ ਲੱਕੀ ਹੋਵੇ ਡਾਕਟਰ ਸਾਹਿਬ, ਇਹਦੇ 'ਤੇ ਸ਼ਾਦੀ ਨਹੀਂ ਹੋ ਰਹੀ, ਉਹ ਜਿੰਨੀ ਵਾਰੀ ਵੇਖਣ ਆਏ ਨੇ ਇਹ ਬੋਲਿਆ ਤੇ ਉੱਠ ਕੇ ਚਲੇ ਗਏ। ਹੋਰ ਸ਼ਾਦੀ ਤੋਂ ਹਟ ਕੇ ਮੇਰੇ ਇੰਨਿਆਂ ਦੀ ਖਲਾ ਦੀ ਵਜ੍ਹਾ ਨਾਲ ਹੋਰ ਬੜੇ ਕੰਮ ਹੁੰਦੇ ਆ। ਮੈਂ ਨਵਾਂ ਸਾਈਕਲ ਲਿਆ ਸੀ, ਹਾਂ ਹਾਂ, ਉਹਨਾਂ ਨੇ ਕਿਹਾ ਦੁਕਾਨ ਵਾਲੇ ਨੇ ਕਿਹਾ ਤੇਰੇ ਦੰਦਾਂ 'ਚ ਵਿਰਲਾ ਪੈਂਚਰ ਨਹੀਂ ਕਦੀ ਹੋਏਗਾ, ਅਤੇ ਨਹੀਂ ਹੋਇਆ। ਜੇ ਹੋਇਆ ਵੀ ਤਾਂ ਤੁਸੀਂ ਦੰਦਾਂ ਨਾਲ ਹੀ ਲਾ ਲਿਆ ਕਿਤੇ। ਇਹ ਮੇਰੇ ਕਾਫੀ ਅੱਛੇ ਸਾਬਤ ਹੋਏ ਆ ਮੇਰੇ ਨਾ ਦੰਦ ਜਿਹੜੇ ਵਿਰਲਾ। ਹੁਣ ਅੱਛੇ ਹੋਟਲਾਂ 'ਤੇ ਆਮ ਗਰੇਵੀ ਨਹੀਂ ਦਿੰਦੇ ਉਹ, ਤੁਹਾਨੂੰ ਦੇ ਦਿੰਦੇ ਮੇਰੇ ਐਂ ਕਰਕੇ, ਮੈਂ ਕਹਿੰਦੇ ਖੁਸ਼ ਕਿਸਮਤ ਆ ਉਹ ਗਰੇਵੀ ਦੇ ਦਿੰਦੇ, ਅਤੇ ਲੱਕੀ ਸਾਬਤ ਹੋਇਆ ਮੇਰੇ ਵਾਸਤੇ। ਲੇਕਿਨ ਜਦੋਂ ਕੈਪ ਲੱਗੇਗੀ ਨਾ ਤਾਂ ਇਹ ਵਿਰਲ ਖਤਮ ਹੋ ਜਾਏਗੀ ਬਿਲਕੁਲ ਹੀ, ਕਿਉਂ ਡਾਕਟਰ ਸਾਹਿਬ? ਹਾਂਜੀ, ਅੱਧੇ ਘੰਟੇ ਦਾ ਕੰਮ। ਦੰਦਾਂ ਨੂੰ ਕਿਹੜੀ ਕੈਪ ਧੁੱਪ ਪਈ? ਅਸੀਂ ਆਪਸ 'ਚ ਸਲਾਹ ਮਸ਼ਵਰਾ ਕਰ ਲਈਏ, ਬੋਰਡ ਬਿਠਾਉਂਦੇ ਆ ਉੱਥੇ ਡਾਕਟਰ ਸਾਹਿਬ। ਮੈਂ ਕੋਈ ਰਿਟਾਇਰਮੈਂਟ ਲੈਣੀ ਆ ਵੀ ਸਰਕਾਰੀ ਮੁਲਾਜ਼ਮ, ਬੋਰਡ ਬਹਿਣਾ ਮੇਰੇ ਮੁਤਲਕਾ, 14 ਰੁਕਣੀ ਬੋਰਡ ਬਹਿਣਾ ਵਾ, ਦੰਦ ਵਾ ਟ੍ਰੀਟਮੈਂਟ ਕਰੋ, ਮੈਂ ਜਾਵਾਂ। ਜਿਹੋ ਜਿਹੇ ਦੰਦ ਇਹਨਾਂ ਦੰਦਾਂ ਨੂੰ ਤਾਂ ਕਿਸੇ ਨੇ ਹੱਥ ਪਾਉਣਾ ਹੀ ਨਹੀਂ, ਇਹ ਤਾਂ ਸਾਰੇ ਹੀ ਇੰਜ ਹੱਥ ਲਾਇਆ ਤਾਂ ਥੱਲੇ ਡਿੱਗ ਪੈਣੇ ਸਾਰੇ। ਐਡੇ ਵੀ ਨਾਜ਼ੁਕ ਨਹੀਂ ਕਿ ਦੰਦਾਂ 'ਚ ਆਇਆ, ਮੇਰਾ ਜਿਹੜਾ ਫਰੰਟ ਦਾ ਦੰਦ ਆ ਇਹ ਜ਼ਰਾ ਹਿਲਦਾ ਵਾ, ਮੇਨ ਦੰਦ ਜਿਹੜਾ, ਜਿਹੜੇ ਮੇਨ ਦੋ ਸਿਰਫ ਇਹ ਹਿਲਦੇ ਆ, ਅਤੇ ਥੱਲੇ ਵਾਲੇ ਦੋ ਜਿਹੜੇ ਆ ਇਹ ਹਿਲਦੇ ਆ, ਅਤੇ ਜਾਂ ਸਾਈਡਾਂ ਵਾਲੇ ਹਿਲਦੇ ਆ। ਅਤੇ ਏਜ ਕਿੰਨੀ ਤੁਹਾਡੀ ਏਜ? ਏਜ ਮੇਰੀ 40+ ਆ। ਅੱਛਾ ਜੀ, ਇਹਨੇ ਕਿਹੜਾ ਪਿੰਡ ਵਾਲਿਆਂ ਨੂੰ ਗੰਨੇ ਛਿਲ ਕੇ ਦੇਣੇ ਜੀ? ਬਿਲਕੁਲ ਕੈਬ ਲਾ ਦੇਣੀ ਆ ਤੁਹਾਡਾ, ਕੈਬ ਤੋਂ ਵੀ ਚੰਗਾ ਕੰਮ ਕਰਾਂਗੇ, ਬਿਲਕੁਲ ਪਤਾ ਹੀ ਚੱਲੇਗਾ, ਆਪਣੇ ਹੀ ਦੱਸ ਦਿਓ।
ਪਤਾ ਨਹੀਂ ਚੱਲੇਗਾ ਕੁਝ ਇਹ ਜਿਹੜੇ ਮੇਰੇ ਆਪਣੇ ਦੰਦ ਉਹ ਕਿੱਥੇ ਜਾਣ ਉੱਥੇ ਰਹਿਣ ਇਹ ਤੇਰੇ ਹੁਣ ਰਹਿ ਹੀ ਨਹੀਂ ਇਹ ਤੇ ਪਤਾ ਨਹੀਂ ਸਪੁਰਦੇ ਖਾਕ ਹੋਣ ਵਾਲੇ ਆ ਬਹੁਤ ਅੱਛੇ ਯਾਰ ਡਾਕਟਰ ਸਾਹਿਬ ਕੋਈ ਤੁਸੀਂ ਕੋਈ ਅੱਲਾ ਦਾ ਨਾਮ ਲਵੋ ਨਹੀਂ ਅੱਲਾ ਦਾ ਨਾਮ ਮਤਲਬ ਅਸੀਂ ਡਾਕਟਰ ਕਾਹਦੇ ਲਈ ਉਹ ਡਾਕਟਰ ਇੰਨੀ ਮਿਹਨਤ ਕਰਦੇ ਪੜ੍ਹਦੇ ਲਿਖਦੇ ਆ ਤੁਹਾਡੇ ਦੰਦਾਂ ਵਾਸਤੇ ਹੈ ਨਾ ਇਕੱਲੇ ਮੇਰੇ ਦੰਦਾਂ ਲਈ ਪੜ੍ਹੀ ਜਾਂਦੇ ਹੋ ਤੁਸੀਂ ਬ੍ਰਸ਼ ਕਰਨਾ ਦੋ ਦਫਾ ਲੇਕਿਨ ਟਾਈਮ ਲੱਗੇਗਾ ਮਤਲਬ ਰੋਜ਼ ਤੁਹਾਨੂੰ ਟਾਈਮ ਦੇਣਾ ਪੈਣਾ ਵਾ ਮਤਲਬ ਅੱਜ ਥੋੜ੍ਹਾ ਕੰਮ ਹੋਏਗਾ ਫਿਰ ਥੋੜ੍ਹਾ ਕੱਲ੍ਹ ਹੋਏਗਾ ਇਸ ਤਰ੍ਹਾਂ ਨਹੀਂ ਮੈਂ ਜਿਹੜਾ ਦੁਕਾਨ 'ਤੇ ਕੰਮ ਕਰਨਾ ਜਵਾਬ ਦੇਦਾ ਉਹਨਾਂ ਨੂੰ ਵੀ ਇੱਥੇ ਰੋਜ਼ ਆਉਣਾ ਉੱਥੋਂ ਛੁੱਟੀਆਂ ਲੈ ਲਾ ਕਿੰਨੇ ਕੁ ਚਿਰ ਦਾ ਕੰਮ ਆ ਡਾਕਟਰ ਸਾਹਿਬ ਵੀ ਤੁਸੀਂ ਇੱਕ ਦਿਨ 'ਚ ਟ੍ਰੀਟਮੈਂਟ ਉਹ ਇੰਨੇ ਇੱਕ ਦਿਨ ਦਾ ਕੰਮ ਹੈਗਾ ਹੈ ਇਹ ਇੱਕ ਦਿਨ 'ਚ ਖਰਾਬ ਕੀਤੇ ਤੂੰ ਮੈਂ ਚਪੇੜ ਮਾਰਨੀ ਤੇਰੇ ਕਿੰਨੇ ਸਾਲਾਂ ਹੀ ਤੂੰ ਖਰਾਬ ਕੀਤੇ ਤਾਂ ਇੱਕ ਦਿਨ 'ਚ ਠੀਕ ਕਰ ਦਈਏ ਨਹੀਂ ਇੱਕ ਦਿਨ ਦਾ ਕੰਮ ਕੋਠੀ ਸ਼ੁਰੂ ਕਰਨੀ ਤੁਸੀਂ ਵੀ ਇਹ ਮਾੜਾ ਜਿਹਾ ਕੰਮ ਵਾ ਤੁਸੀਂ ਕਰੋ ਭਰੇ ਡਾਕਟਰ ਸਾਹਿਬ ਮਾੜਾ ਜਿਹਾ ਕੰਮ ਲੰਬਾ ਕੰਮ ਵੀ ਤੁਸੀਂ ਨੀਹਾਂ ਪੁੱਟਣੀਆਂ ਵਾ ਫਿਰ ਤੁਸੀਂ ਚੁੱਕਣੇ ਕੰਧਾਂ ਚੁੱਕਣੀਆਂ ਵੀ ਟ੍ਰੀਟਮੈਂਟ ਉਹ ਸੌਖੀਆਂ ਇਹ ਮੁਸ਼ਕਿਲ ਆ ਜਿਹੜਾ ਤੇਰੇ ਮੂੰਹ ਦੇ ਵਿੱਚ ਚਾਰ ਦੀਵਾਰੀ ਹੋਈ ਹੈ ਨਾ ਅਤੇ ਸਰ ਤੁਸੀਂ ਐਕਟਿੰਗ ਕੀ ਕਰਦੇ ਹੋ ਬਾਹਰ ਦੇ ਮੁਲਕਾਂ ਦੇ ਵੀ ਟੂਰ ਕੀਤੇ ਕੋਈ ਹਾਂਜੀ ਸ਼ੋਅਜ਼ ਕਰਦਾ ਜੀ ਮੈਂ ਪੂਰੀ ਰੀਸੈਂਟਲੀ ਮੈਂ UK ਗਿਆ ਸੀ ਅੱਛਾ ਅਤੇ ਇਹ ਦੰਦਾਂ ਦੀ ਵਜ੍ਹਾ ਤੋਂ ਤੁਹਾਨੂੰ ਪਿੱਛੇ ਨਹੀਂ ਭੇਜਤਾ ਉਹਨਾਂ ਨੇ ਨਹੀਂ ਸਰ ਮੈਂ ਕਲੀਨਿਕ 'ਤੇ ਵੀ ਗਿਆ ਵਾਂ ਬਾਹਰ ਦੇ ਮੁਲਕ ਉੱਥੇ ਅਜੀਬ ਹੀ ਸਿਸਟਮ ਆ ਅੱਛਾ ਜੀ ਡਾਕਟਰ ਟਾਈਮ ਹੀ ਨਹੀਂ ਦਿੰਦੇ ਡੈਂਟਲ ਸਰਜਨ ਆ ਜਿਹੜੇ ਉਹ ਕਹਿੰਦੇ ਵੀ ਭਾਈ ਆਪ ਹੀ ਕੱਢ ਲਾ ਛੈਣੀ ਥੋੜ੍ਹਾ ਲੈ ਕੇ ਇੱਦਾਂ ਦਾ ਮੈਂ ਤਾਂ ਹੈਰਾਨ ਆ ਐਡਾ ਤਰੱਕੀ ਵਾਲਾ ਮੁਲਕ ਆ ਅਤੇ ਡੈਂਟਲ ਜਿਹੜੇ ਸਰਜਨ ਉਹ ਟਾਈਮ ਹੀ ਨਹੀਂ ਦਿੰਦੇ ਪੇਸ਼ੈਂਟ ਨਹੀਂ ਉਹਦੀ ਵਜ੍ਹਾ ਹੈ ਨਾ ਕਿ ਡਾਕਟਰ ਉੱਥੇ ਟਾਈਮ ਨਾਲ ਹੀ ਕੰਮ ਕਰਦੇ ਇੱਥੇ ਥੋੜ੍ਹਾ ਮਤਲਬ ਕਿ ਇਹ ਤਾਂ ਤੁਹਾਨੂੰ ਆਉਂਦੇ ਹੀ ਅਸੀਂ ਲੰਮਿਆਂ ਪਾ ਲਿਆ ਨਹੀਂ ਤਾਂ ਉੱਥੇ ਹੁੰਦਾ ਤੁਹਾਨੂੰ ਸੜਕ 'ਤੇ ਲੰਮਿਆਂ ਪਾ ਲੈਣਾ ਸੀ ਲੰਮਿਆਂ ਪਾ ਲਿਆ ਕਿ ਮੈਂ ਕਿਹੜਾ ਮੋਟਰ ਲਾਈ ਕਲੀਨਿਕ ਦੀ ਟਾਈਮ ਨਹੀਂ ਤਾਂ ਲੋਕ ਘਰ ਵਿਚਾਰੇ ਆਪਾਂ ਹੀ ਕੱਢ ਕੁੱਢ ਲੈਂਦੇ ਪਲਾਸ ਨਾ ਕੋਈ ਜਾਂ ਵੱਡੇ ਭਰਾ ਨੂੰ ਕਹਿੰਦੇ ਘਸੁੰਨ ਮਾਰੀ ਮੇਰਾ ਦੰਦ ਕੱਢ ਦੇ ਕਹਿੰਦਾ ਨਹੀਂ ਕਹਿੰਦਾ ਕਿੱਦਾਂ ਹੁੰਦਾ ਡਾਕਟਰ ਉਹ ਲੜਾਈ 'ਚ ਨਹੀਂ ਕਹਿੰਦੇ ਮੈਂ ਤੇਰੇ ਦੰਦ ਕੱਢ ਦਿਆਂਗਾ ਤੂੰ ਉੱਥੋਂ ਕਢਾ ਲਾ ਮੈਂ ਤਾਂ ਕਹਿੰਦਾ ਇੰਨੀ ਕਿ ਮੈਂ 4-5 ਲੱਖ ਦੰਦ ਕਢਾਉਣ ਲਈ ਲਿਆਵਾਂ ਮੈਂ ਇੱਥੇ ਗਲੀ 'ਚ ਲੜ ਪੈਣਾ ਕਿਸੇ ਨਾਲ ਨਹੀਂ 4-5 ਲੱਖ ਤਾਂ ਤੇਰਾ ਇੱਥੇ ਵੀ ਲੱਗ ਜਾਣਾ ਇਹਦੀ ਟ੍ਰੀਟ ਕਰਦੇ ਆ ਨਾ ਸਾਨੂੰ ਕਾਫੀ ਪੈਸੇ ਲੱਗਣੇ ਨਹੀਂ ਫਿਰ ਉਹ ਮੇਰੇ ਕੋਲ ਹਸਨ ਖਾਲਿਦ ਸਾਹਿਬ ਦਾ ਘਵਾਉਣ ਦਾ ਕੀ ਫਾਇਦਾ ਜੇ ਇੰਨੇ ਪੈਸੇ ਨਹੀਂ ਉਹਨਾਂ ਦੇ ਉਹਨਾਂ ਤੁਹਾਡੀ ਅਸੀਂ ਰਿਸਪੈਕਟ ਇੱਜ਼ਤ ਨਹੀਂ ਕੀਤੀ ਤੁਸੀਂ ਟਾਈਮ ਵੀ ਨਹੀਂ ਲਿਆ ਤੁਹਾਨੂੰ ਡਾਇਰੈਕਟ ਅਸੀਂ ਲਾਏ ਮੇਰੇ ਅੱਗੇ ਫਰੂਟ ਕੇਕ ਅਤੇ ਚਾਹੇ ਟੀ ਪਏ ਕੌਫੀ ਚਾਹ ਕੋ ਕੱਖ ਵੀ ਨਹੀਂ ਉਦੋਂ ਦਾ ਆਇਆ ਅਤੇ ਕਿਉਂ ਤੂੰ ਕਲੀਨਿੰਗ ਦੀ ਮੈਂ ਓਪਨਿੰਗ ਕਰਨਾ ਆਇਆ ਫੀਤਾ ਕੱਟਣਾ ਆ ਤੂੰ ਦੰਦ ਚੈੱਕ ਕਰਾਉਣ ਆਇਆ ਯਾਰ ਨਹੀਂ ਚਲੋ ਕੁਛ ਤਾਂ ਰੈਫਰੈਂਸ ਦਾ ਫਾਇਦਾ ਹੋਵੇ ਬੰਦੇ ਨੂੰ ਰੈਫਰੈਂਸ ਇਹੀ ਆ ਕਿ ਡਾਕਟਰ ਸਾਹਿਬ ਦੇਖੋ ਤਾਂ ਆਪ ਤੁਹਾਨੂੰ ਚੈੱਕ ਕਰ ਰਹੇ ਨੇ ਅਤੇ ਕੀ ਹੁਣ ਕਿਸ ਤਰ੍ਹਾਂ ਜਿਹੜੀ ਅੰਦਰ ਦੀ ਮੇਰੀ ਉਹ ਕਿਸ ਤਰ੍ਹਾਂ ਹੋਏਗੀ ਡਾਕਟਰ ਸਾਹਿਬ ਐਂ ਕਰਦਾ ਨਾ ਤਾਂ ਫਿਰ ਪ੍ਰਾਹੁਣੇ ਉਹ ਸਾਡੀ ਜ਼ਿੰਮੇਵਾਰੀ ਅਸੀਂ ਕਰ ਦਿਆਂਗੇ ਇਨਸ਼ਾਅੱਲਾ ਤੁਸੀਂ ਜਦੋਂ ਇੱਥੋਂ ਜਾਓਗੇ ਨਾ ਕਿਸੇ ਨੂੰ ਦੰਦ ਵਹਾ ਲੈਣਾ ਭਾਵੇਂ ਮੁਹੱਲੇ 'ਚ ਕਿਸੇ ਨੂੰ ਦਿਖਾ ਲੈਣਾ ਬਲਕਿ ਜਿਹਨਾਂ ਜਿਹਨਾਂ ਤੁਹਾਨੂੰ ਜਵਾਬ ਦਿੱਤਾ ਨਾ ਰਿਸ਼ਤੇ ਦੇ ਉਹਨਾਂ ਦੇ ਸਾਹਮਣੇ ਜਾ ਕੇ ਘਰ ਦੇ ਦੰਦ ਕੱਢੀ ਆ ਵੇਖੋ ਪਹਿਲੇ ਤਾਂ ਦੰਦ ਵਿਖਾਉਣੇ ਫਿਰ ਬਾਅਦ ਵਿੱਚ ਦਿਖਾਉਣੇ ਉਹ ਨਹੀਂ ਨਾ ਦੇਖ ਮਿਸਾਲ ਪਹਿਲੇ ਹਾਥੀ ਕੇ ਦੰਦ ਖਾਣੇ ਕੇ ਔਰ ਦਿਖਾਣੇ ਕੇ ਔਰ ਤੇਰੇ ਇਹ ਨਾ ਖਾਣ ਵਾਲੇ ਆ ਨਾ ਦਿਖਾਉਣ ਵਾਲੇ ਆ ਨਹੀਂ ਹੁਣ ਇਹਦਾ ਕੀ ਸਲੂਸ਼ਨ ਕੀ ਹੈ ਇਹਦਾ ਉਹ ਡਾਕਟਰ ਸਾਹਿਬ ਕਾਹਦੇ ਲਈ ਆਏ ਇਹ ਹੋ ਜਾਏਗਾ ਮਸਲਾ ਹੋ ਜਾਏਗਾ ਠੀਕ ਕਿੰਨੀ ਫੀਸ ਕਿੰਨੀ ਹੈ ਫਿਰ 2-2.5 ਲੱਖ ਤੇ ਲੱਗ ਜਾਣਾ ਤੁਹਾਡਾ ਇਹਦਾ ਬਿਲਕੁਲ ਤੁਹਾਡੇ ਫਰੈਸ਼ ਹੋ ਜਾਣਗੇ ਇਹਨੂੰ ਇੱਥੇ ਕੰਮ 'ਤੇ ਰੱਖ ਲਓ ਫਿਰ ਕੱਟੀ ਜਾਇਓ ਤਨਖਾਹ 'ਚ ਬਹੁਤ ਅੱਛੇ ਅਤੇ ਤੁਸੀਂ ਫਿਰ ਹੌਲੀ ਹੌਲੀ ਕਰਾਈ ਜਾਓ ਇੱਕ ਦੰਦ ਕਰਾ ਲਿਆ ਫਿਰ ਜਦੋਂ ਪੈਸੇ ਆਏ ਦੂਜਾ ਕਰਾ ਲਿਆ ਇੰਝ ਕਰ ਲਓ ਇੰਨੀ ਕਿ ਮੈਂ ਰੋਟੀ ਨਾ ਕਮਾਵਾਂ ਬੱਚਿਆਂ ਦੀ ਤੁਹਾਨੂੰ ਹੀ ਦੰਦ ਦਿਖਾਈ ਜਾਵਾਂ ਰੋਜ਼ ਆ ਕੋਈ ਦੰਦ ਹੈ ਹੀ ਨਹੀਂ ਵਿਖਾਉਣ ਵਾਲੇ ਕਿਸੇ ਨੂੰ ਯਾਰ ਤੇਰਾ ਮੂੰਹ ਨਹੀਂ ਵਿਖਾਉਣ ਵਾਲਾ ਤੂੰ ਦੰਦ ਨਾਲ ਦੰਦ ਵੀ ਵਿਖਾ ਰਿਹਾ ਹੁਣ ਆਹ ਦੇਖੋ ਨਾ ਦਾੜ ਜਿਹੜੀ ਆ ਆਹੋ ਇੱਧਰਲੀ ਗੜੀ ਆਹਾ ਖੱਬੇ ਪਾਸੇ ਵਾਲੀ ਜਿੱਧਰ ਤੀਰ ਦਾ ਨਿਸ਼ਾਨ ਆ ਤੀਰ ਦਾ ਨਿਸ਼ਾਨ ਇੱਧਰ ਕੀ ਰਹਿਸ਼ ਆ ਕਿਸੇ ਦੀ ਤੀਰ ਦਾ ਨਿਸ਼ਾਨ ਦਿੱਤਾ ਬਣਾ ਖੱਬੇ ਹੱਥ ਮੈਂ ਤੁਹਾਨੂੰ ਕਹਿੰਦਾ ਆਸਾਨੀ ਹੈਗੀ ਇਹਦੇ 'ਚ ਜਦੋਂ ਮੈਂ ਵੱਡੀ ਦਾ ਗੋਸ਼ਤ ਖਾਧਾ ਵਾ ਸਾਰਾ ਉਹ ਇੰਨੇ ਇੰਨੇ ਰੇਸ਼ੇ ਵਿੱਚ ਫਸ ਦਿੰਦੇ ਇੰਨਾ ਮੈਂ ਮੇਦੇ 'ਚ ਨਹੀਂ ਜਾਂਦਾ ਜਿੰਨਾ ਦਾੜਾਂ 'ਚ ਰਾਹ 'ਚ ਰਹਿ ਜਾਂਦਾ ਉਹ ਤੁਸੀਂ ਜਿਹੜੀ ਟੁੱਥਪੇਕ ਉਹ ਇਸਤੇਮਾਲ ਕਰਦੇ ਹੋ ਉਹ ਜਿਹੜੀ ਤੀਲੀ ਮਾਰੀ ਦੀ ਐਂਡ 'ਤੇ ਹਾਂਜੀ ਹਾਂਜੀ ਉਹ ਤਾਂ ਮੈਂ ਤਾਂ ਇਸਤੇਮਾਲ ਇੰਨੀ ਕਰਦਾ ਵਾਂ ਉਹ ਤੋਂ ਬਗੈਰ ਮੈਂ ਗੋਸ਼ਤ ਖਾ ਹੀ ਨਹੀਂ ਸਕਦਾ ਮੈਨੂੰ ਲੱਗਦਾ ਤੁਸੀਂ ਨਾ ਕਿਤੇ ਮਸਾਲੇ ਵਾਲੀ ਤੀਲੀ ਮਾਚਸ ਵਾਲੀ ਮਾਰ ਬੈਠੇ ਅਤੇ ਮੂੰਹ 'ਚ ਅੱਗ ਲੱਗ ਗਈ ਤੁਹਾਡੇ ਜੋ ਹਾਲ ਆ ਨਾ ਅੰਦਰ ਇਹ ਲੱਗਦਾ ਕਿਸੇ ਨੇ ਇਤਜਾਜ ਕੀਤਾ ਤੁਹਾਡੇ ਮੂੰਹ 'ਚ ਵੜ ਕੇ ਨਾ ਕਿਸੇ ਨੇ ਟਾਇਰਾਂ ਨੂੰ ਅੱਗਾਂ ਲਾਈਆਂ ਨੇ ਇਹ ਦੇਖੋ ਤਾਂ ਸਹੀ ਡਾਕਟਰ ਸਾਹਿਬ ਇੱਕ ਬਿਮਾਰੀ ਆ ਉਹਦਾ ਹੁਣ ਮਜ਼ਾਕ 'ਤੇ ਨਾ ਨਾ ਉਡਾਓ ਉਹਦਾ ਹੱਲ ਕੱਢੋ ਇਹਦਾ ਕੀ ਨਹੀਂ ਇਹ ਨਾਲ ਨਾਲ ਕੇਅਰ ਕਰਨੀ ਚਾਹੀਦਾ ਇਨਸਾਨ ਨੂੰ ਆਪਣਾ ਅੱਲਾਹ ਤਾਲਾ ਨੇ ਵਜੂਦ ਦਿੱਤਾ ਹੈ ਦੰਦ ਦਿੱਤੀਆਂ ਇਹ ਨੇਮਤਾਂ ਹੁੰਦੀਆਂ ਨੇ ਤੁਸੀਂ ਨੇਮਤਾਂ ਨੂੰ ਕਦੀ ਮਤਲਬ ਕਿ ਅੱਛੇ ਤਰੀਕੇ ਨਾਲ ਇਸਤੇਮਾਲ ਨਹੀਂ ਕੀਤਾ ਨੇਮਤਾਂ ਨੂੰ ਸਹੀ ਕਰੋਗੇ ਤਾਂ ਤੁਸੀਂ ਪੈਸੇ ਕਮਾਈ ਜਾਣੇ ਹਾਂਜੀ ਦੰਦਾਂ ਦੇ ਪਿੱਛੇ ਕਰੇੜਾ ਵੀ ਕਰੇੜਾ ਲੱਗਾ ਮੈਂ ਕਹਿੰਦਾ ਜੀ ਮਿਹਨਤ ਲੱਗਦਾ ਸਾਲ ਬਾਅਦ ਮੇਲਾ ਵੀ ਲੱਗਦਾ ਅੰਦਰ ਹੈਲੋ ਹੈਲੋ ਕੀ ਇਹ ਡਾਕਟਰ ਸਾਹਿਬ ਕਹਿ ਰਹੇ ਨੇ
ਡਾਕਟਰੀ ਸੇ ਕੇਅਰ ਔਰ ਪਾਕਿਸਤਾਨ ਲੋਕਾਂ ਦੀ ਖਿਦਮਤ ਕਰ ਰਹੇ ਨੇ ਡਾਕਟਰ ਸਾਹਿਬ ਪੀਐਚਡੀ ਆ ਤੁਸੀਂ ਨਹੀਂ ਜੀ ਪੀਐਚਡੀ ਨਹੀਂ ਮਾਸਟਰ ਮਾਸਟਰ ਨੇ ਮੇਰੇ ਕੀ ਦੰਦ ਕੋ ਸਾਡੇ ਸਕੂਲ ਦਾ ਮਾਸਟਰ ਆ ਉਹ ਪੰਜਵੀਂ ਤੱਕ ਪੜਾਉਂਦਾ ਵੇ ਇਹਨਾਂ ਮਾਸਟਰ ਮਾਸਟਰ ਤੇ ਲੱਤ ਤੋੜ ਦਿੰਦਾ ਤੇ ਦੰਦ ਨਹੀਂ ਤੋੜੇਗਾ ਤੇਰੇ ਅਸੀਂ ਸਬਕ ਨਹੀਂ ਸੁਣਨਾ ਮਾਸਟਰ ਉਹਨਾਂ ਨੇ ਕੀਤਾ ਹੈ ਮਾਸਟਰ ਅੱਛਾ ਅੱਛਾ ਉਹ ਡਿਗਰੀ ਡਿਗਰੀ ਮਾਸਟਰ ਹਾਂ ਜੀ ਕਿੰਗਸ ਕਾਲਜ ਕੋਲ ਲੰਡਨ ਜਿਹੜਾ ਜੁੱਤੀ ਤੇ ਕਰਦਾ ਰਿਹਾ ਦੇਖੋ ਦੰਦਾਂ ਦੀ ਵਜ੍ਹਾ ਤੋਂ ਵਾਲ ਉੱਡੇ ਤੁਹਾਡੇ ਦਿਮਾਗ ਅੱਖਾਂ ਇਹ ਤੁਹਾਡੀ ਨੋਜ਼ ਦੰਦ ਇਹ ਇੱਕੋ ਹੀ ਚੀਜ਼ ਆ ਸਾਰਾ ਕੁਛ ਬਹੁਤ ਅੱਛੇ ਵੀ ਇੱਕੋ ਹੀ ਚੀਜ਼ ਆ ਵੀ ਕੰਨਾਂ ਨਾਲ ਸ਼ਾਇਦ ਚੱਬ ਲੇ ਬੰਦਾ ਹੁਣ ਤੁਸੀਂ ਕਰਾਉਣਾ ਕੰਮ ਹਾਂਜੀ ਟ੍ਰੀਟਮੈਂਟ ਕਰੋ ਮੈਂ ਤਾਂ ਕਹਿ ਰਿਹਾ ਠੀਕ ਹੈ ਫਿਰ 2.5 ਲੱਖ ਰੁਪਇਆ ਡਾਕਟਰ ਸਾਹਿਬ ਇਹਨਾਂ ਕੋਲ ਲੈ ਲਾਂਗੇ ਹੈਂਜੀ 2.5 ਲੱਖ ਰੁਪਇਆ ਮੇਰੇ ਲਾਓ ਵਸੀਡ ਤੋਂ ਮੈਨੂੰ ਕਿਉਂ ਢਾਈ ਲੱਖ ਨਹੀਂ ਦੇ ਸਕਦਾ 2000 ਰੁਪਇਆ ਤਾਂ ਡਾਕਟਰ ਸਾਹਿਬ ਦੀ ਫੀਸ ਆ ਉੱਥੇ ਬਾਹਰ ਦੇਣੀ ਤੁਸੀਂ ਚੈਕਿੰਗ ਫੀਸ ਹੁੰਦੀ ਆ ਚੈਕਿੰਗ ਉਹਨਾਂ ਨੇ ਉਹ ਤਾਂ ਉਦੋਂ ਦਾ ਮੈਨੂੰ ਹੱਥ ਵੀ ਨਹੀਂ ਲਾਇਆ ਤੇ ਚੈਕਿੰਗ ਕਾਹਦੀ ਹੋਈ ਉਹਨਾਂ ਨਹੀਂ ਹੁਣ ਤੁਹਾਡੀ ਤਲਾਸ਼ੀ ਲੈਣ ਚੈਕਿੰਗ ਵੀ ਇਹਦੇ ਕੋਈ ਚੀਜ਼ ਨਹੀਂ ਗੀ ਚੈਕਿੰਗ ਇਹੀ ਹੁੰਦੀ ਆ ਚੈਕਿੰਗ ਹੁੰਦੀ ਆ ਉਹ ਬਲੇਡ ਜਿਹਾ ਹੁੰਦਾ ਵਾ ਡਾਕਟਰ ਉਹਨਾਂ ਦੇ ਐਂ ਕਰਕੇ ਮਾਰਦੇ ਆ ਸਾਈਡਾਂ ਚੈੱਕ ਕਰਦੇ ਆ ਉਹ ਤਾਂ ਹੁਣੇ ਲਿਆਵਾਂਗੇ ਅਸੀਂ ਆ ਲਓ ਡਾਕਟਰ ਸਾਹਿਬ ਹੁਣ ਕੱਢ ਕੇ ਬਲੇਡ ਮਾਰ ਦਿਓ ਉਹਦੇ ਜਰਾ ਮੂੰਹ ਖੋਲੋ ਟ੍ਰੀਟ ਵਾਲਾ ਨਾ ਮਾਰ ਦੇਣਾ ਨਹੀਂ ਨਹੀਂ ਇਹ ਟ੍ਰਾਈ ਵਾਲਾ ਇਹ ਦੇਖੋ ਤੁਹਾਡੀਆਂ ਦਾੜਾਂ ਤਾਂ ਚੈੱਕ ਕਰੀਏ ਨਾ ਮੂੰਹ ਖੋਲ ਬੰਬ ਪਿਆ ਅੰਦਰ ਬੰਬ ਪਿਆ ਨਹੀਂ ਬੰਬ ਚੱਲਿਆ ਅੰਦਰ ਓਏ ਹੋਏ 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 ਕਰੇੜਾ ਤੋਬਾ 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 ਕਰੇੜਾ ਹੀ ਕਰੇੜਾ ਕਿੰਨੇ ਸਾਲਾਂ ਦਾ ਇਕੱਠਾ ਕੀਤਾ ਰੇੜੀ ਬਾਨ ਹੁੰਦੇ ਨਾ ਐਵੇਂ ਮੁੱਚੀ ਦੇ ਡਾਕਟਰ ਉਹ ਕਹਿੰਦੇ ਆ ਵੀ ਇਹ ਪੱਥਰ ਵਾ ਅਗਰ ਪੱਥਰ ਲਵਾ ਲਿਆ ਨਾ ਤੇ ਦੰਦ ਹੋਰ ਕਮਜ਼ੋਰ ਹੋ ਜਾਣੇ ਡਿੱਗ ਜਾਣੇ ਮੈਂ ਤਾਂ ਨਹੀਂ ਲਵਾਈ ਉਹ ਬਕਵਾਸ ਕਰਦੇ ਆ ਉਹ ਅਤਾਈ ਡਾਕਟਰ ਆ ਉਹਨੂੰ ਤਾਂ ਪਤਾ ਹੀ ਉੱਦਾਂ ਤੇ ਉੱਥੇ ਦਾਤਾ ਸਾਹਿਬ 60 ਰੁਪਏ ਦਾ ਦੰਦ ਲਾ ਦਿੰਦੇ ਦਿਲ ਕਰੇ ਤੈਨੂੰ ਲੇਲੇ ਦਾ ਲਾ ਦੇਣ ਇੱਕ ਬੰਦੇ ਨੇ ਕੁੱਤੇ ਦਾ ਲਾ ਦਿੱਤਾ ਉਹਨਾਂ ਨੇ ਦੰਦ ਯਕੀਨ ਕਰੋ ਉਹ ਵਿਚਾਰਾ ਜਿਹੜਾ ਬੰਦਾ ਚੌਲ ਵੰਡੇ ਉਹਦੇ ਪਿੱਛੇ ਭੱਜ ਪਵੇ ਉਹ ਗੱਡੀ ਦੇ ਨਾਲ ਨਾਲ ਦੌੜ ਰਿਹਾ ਹਾਰਟ ਦਾ ਮਸਲਾ ਦੱਸ ਰਹੇ ਨੇ ਜੀ ਹਾਂਜੀ ਵਾਲ ਕਹਿੰਦਾ ਬੰਦ ਹੋਏ ਚਾਰੇ ਛੇ ਵਾਲ ਬੰਦ ਆ ਕਿੰਨੇ ਹਾਰਟ ਦੇ ਨਾ ਛੇ ਵਾਲ ਬੰਦ ਆ ਚਾਰ ਹੁੰਦੇ ਤੁਹਾਡੇ ਛੇ ਇਹਨੇ ਦੋ ਐਕਸਟਰਾ ਵਾਰਡ ਰੱਖੇ ਨੇ ਕਿਤੇ ਇਹ ਵੀ ਬੰਦ ਹੋ ਗਏ ਨੇ ਨਾ ਇਹਦੇ ਚਲੋ ਠੀਕ ਆ ਅਸੀਂ ਚੈੱਕ ਕਰਨੇ ਡਾਕਟਰ ਸਾਹਿਬ ਇਹਨਾਂ ਨੂੰ ਇਹ ਫੇਸ ਸ਼ੀਟ ਦਿਖਾ ਦੇ ਬਲਕਿ ਮੇਰੀ ਵਰਦੀ ਵੀ ਲੈ ਆ ਜਿਹੜੀ ਨਹੀਂ ਮੈਂ ਕਰੋਨਾ 'ਚ ਪਾਉਂਦਾ ਰਿਹਾ ਕਿਉਂਕਿ ਬੰਦਾ ਕੰਮ ਬਹੁਤ ਖਰਾਬ ਆ ਇਹਨਾਂ ਦਾ ਹੁਣ ਦਿਖਾਓ ਜੀ ਡਾਕਟਰ ਸਾਹਿਬ ਹੈਲਮਟ ਤਾਂ ਤੁਸੀਂ 125 ਵਾਲਾ ਪਾ ਲਿਆ ਤੁਸੀਂ ਪਹਿਲਾਂ ਹੀ ਪਾਇਆ ਤੁਸੀਂ ਲਾ ਕੇ ਨਹੀਂ ਆਏ ਇੱਕ ਮਿੰਟ ਦੇਖੋ ਇੱਕ ਇਹ ਮੈਂ ਤੈਨੂੰ ਨਾ ਖੀਰ ਦੀ ਚਮਚੀ ਨਹੀਂ ਦੇ ਰਿਹਾ ਅੰਗੋ ਮੂੰਹ ਮੀਟਣ ਦਿਆ ਇਹ ਖੁੱਲ੍ਹਾ ਰੱਖੋ ਮੂੰਹ ਜ਼ਰਾ ਓਏ ਹੋਏ 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 ਕੀ ਪਤਾ ਨਹੀਂ ਕੀ ਕੀ ਨਜ਼ਰ ਆ ਗਿਆ ਕਹਿਣਾ ਪੈਂਦਾ ਤਾਂ ਕਿ ਪੇਸ਼ੈਂਟ ਹੀ ਇਹੋ ਜਿਹਾ ਤੁਹਾਡੇ ਇੱਕ ਦਿਨ ਇੱਕ ਤੁਸੀਂ ਤਾਂ ਓਏ ਹੋਏ ਇੰਝ ਕਰਦੇ ਵੀ ਯੂਕਰੇਨ ਦੀ ਜੰਗ ਨਜ਼ਰ ਆਉਣ ਦੀ ਤੁਹਾਨੂੰ ਅੰਦਰੋਂ ਬੜਾ ਜ਼ੁਲਮ ਹੋ ਰਿਹਾ ਯੂਕਰੇਨ ਦੀ ਕਹਿੰਦੇ ਮੈਨੂੰ ਆਲਮੀ ਜੰਗ ਨਜ਼ਰ ਆਉਂਦਾ ਜੀ ਅੰਦਰੋਂ ਸਫਾਈ ਹੈ ਉਹ ਹਾਲਾਤ ਤੇ ਨਾ ਨਾ ਡਾਕਟਰ ਸਾਹਿਬ ਕਹੋ ਵੀ ਇਹ ਕਹੋ ਵੀ ਦੰਦ ਖਰਾਬ ਯਾਰ ਦੇਖੋ ਮੇਦੇ 'ਚ ਖਾਕ ਜਿਹੜੀ ਖੁਰਾਕ ਇੱਥੋਂ ਹੀ ਜਾਣੀ ਹੁੰਦੀ ਆ ਉਹ ਵੀਰੇ ਬ੍ਰਸ਼ ਸਭ ਤੋਂ ਅੱਛੀ ਚੀਜ਼ ਆ ਸ਼ਾਮ ਨੂੰ ਜਿਹੜੀ ਕਰਦਾ ਨਾ ਬੰਦਾ ਸੌਣ ਲੱਗਿਆ ਉਹ ਸੋਨਾ ਚੀਜ਼ ਆ ਕਿਉਂ ਡਾਕਟਰ ਸਾਹਿਬ ਤੇ ਤੂੰ ਨਾ ਉੱਠਣ ਲੱਗਿਆ ਕੀਤਾ ਨਾ ਬਹਿਣ ਲੱਗਿਆ ਕੀਤਾ ਜਾਂ ਤੂੰ ਕੀ ਕਰਦਾ ਨੇ ਯਾਰ ਮੈਂ ਹੁਣ ਲਾਈਵ ਬੁਰਸ਼ ਕਰਿਆ ਕਰਾਂ ਤੁਹਾਨੂੰ ਨਸ਼ਰੀਆਤ ਆਵੇ ਮੈਂ ਕਰਦਾ ਵਾਂ ਕਰਦੇ ਆ ਜਿਹੜੇ ਲੋਕ ਵੀਲੌਗ ਬਣਾਉਂਦੇ ਅਗਲੇ ਸਵੇਰ ਉੱਠ ਕੇ ਨਹੀਂ ਜਾਂਦੇ ਜੇ ਮੈਂ ਬ੍ਰਸ਼ ਕਰ ਰਹਾ ਹਾਂ ਜੇ ਮੈਂ ਸਾਬਣ ਜੇ ਨਹਾ ਰਹਾ ਹਾਂ ਅਬ ਮੈਨੇ ਜੇ ਚਾਹ ਪੀਣੀ ਹੈ ਤੂੰ ਵੀ ਕਰ ਹਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਭਾਈ ਮੈਂ ਕਰਦਾ ਵਾਂ ਤੁਹਾਨੂੰ ਮੈਂ ਕਿਸ ਤਰ੍ਹਾਂ ਮੈਂ ਤੂੰ ਵੀਡੀਓ ਬਣਾ ਕੇ ਲਿਆਵਾਂ ਕਿੱਥੇ ਕਰਦਾ ਯਾਰ ਤੇਰਾ ਹੈ ਹੀ ਨਹੀਂ ਆ ਹੈ ਹੀ ਨਹੀਂ ਚਲੋ ਡਾਕਟਰ ਸਾਹਿਬ ਇਦਾਂ ਇੰਜ ਝਟਕਾ ਤੇ ਨਾ ਮਾਰੋ ਇਹ ਝਟਕੇ ਵਾਲਾ ਹੀ ਕੰਮ ਆ ਅਸੀਂ ਕੈਪ ਲਾ ਦਿੰਦੇ ਡਾਕਟਰ ਸਾਹਿਬ ਸਾਫ਼ ਕਰਕੇ ਨਾ ਦੰਦਾਂ ਨੂੰ ਇੱਕ ਵਾਰ
कैप ला दें खूबसूरत लगन गए तुहाडे फेस के मुताबिक शाइनिंग हो जाए जरा नंगा के लोग कहना स्माइलिंग फेस वाला जा मैं कहना कि तुम छड़ गल्लां दिओ तुम जिस क्लीनिंग से आ गए हो इस वेले वैसे डी एच ए च तुहानू वड़न किने दिता मैं ये तो दसो ये क्लीनिक साढ़ा डी एच ए च ना असं यहोजा पेशेंट इतने कभी देखे ही नहीं वीजा लगता डी एच ए नहीं वीजा तो नहीं लगता लेकिन एक क्लास भी होंगी है ना हर जगह की अल्लाह ने क्लास बनाई है फीस देनी है क्लास ना क्लास का कि मसला कितनी फीस है ताकि 2000 रुपया तो माफ़ करो गरीब आदमी भी बेच ही होंगे बहुत अच्छे ए क्लास है जी चलो फीस असी नहीं लेंगे तो भाई के दोस्त ने भेजे तुम मिर्जा साहब के फीस नहीं ला गए चलो फीस नहीं ला गए हसन साहब ने भेजे तुम मिर्जा साहब के बड़े बेस्ट दोस्त ने इतने आते ने इतने बह के चाह चू पी के वह भी निकल जाते हैं हाँ जी हाँ जी उदों की आई नहीं मैं बैठा तेरे दंदा का पहले ही बेड़ा अगर खोया तो उतो फिर वो नैकोटीन होंगी निरी चाहे पहले तेरी ट्रीटमेंट तो करिए ना असी एक कम सो कम ना घर फोन कर दौ ये अज चार पाँच घंटे तुम सन देने पैने नहीं सर मैं बच्चों दस के नहीं आया गंगाराम हस्पताल दाखिल हो जो पता लैन फ्रूट फड़िया नाले रोंदी आएगी तेरी फुफी आया मेरे मुंडे के दंदा की हो गया आते दंदा का कोई ऐसी गल नहीं होंगी नहीं होंगे ही है ना जो मैं फोन करना सारे बहरों दरी बिछा के बहन के बिरयानिया बरूनिया लिया के वह भी खाते नाले मरीज न भी खवाद कहते अंदर ऑपरेशन हो रहा वो डेंटल हॉस्पिटल तो नहीं होंगे वो सर्विस गंगा राम म्यू हॉस्पिटल अगर तेन शौक आ तो उत भेज देने नहीं मैं तो दंदा का करवाई ट्रीटमेंट बस वो करो मैं ठीक है हाँ जी डॉक्टर साहब तुम दिखा आहो देखो जो तुम ना कैब देखे ना जिस तरह ब्रेसिस नहीं लगते थले भी ला देंगे पहले उतले से लवा ला ये तो मैं लगता मास्क फिल्म वाले तुम इतने रखे इदा ने लेकिन बड़ा अच्छा लेकिन एक पहले तुहाडा नाप लेना पैना नहीं नहीं हुण ए जिहड़े दंद ने मेरे दंदा दे नाल लेंथ इहनां दी मैच होएगी तो फिर तुहाडे वास्ते बनेगी ए ते दिखाउण वास्ते ये तो वैसे दिखाया अच्छा वो फरमे ना बनाओगे जिद्दां जुत्तियां वाला फरमा हुंदा जुत्तियां वाला नहीं हुंदा यार खुदा दा खौफ है ए तुहाडा इत्थे माप लांगे असीं नाप समझदे वे पैसे डॉक्टर साहब फड़ो तुसी भाई उठो इतों की है तुहाडी मेहरबानी उठो उठो इधर आओ तुसी ना ए महंगा काम है अगर पैसे तुहाडे को हो जाण ते ठीक आ तुसी भाई ए दंदा दे विच ना तुसी मूँह खोल के ना एदे च ना कोई जीरो का बल्ब लवा लो जदों तुहानू देखण आण ना उह जला लिया फीस उन्होंने सर दे ही देनी है तुसी ट्रीटमेंट उन्होंने तो सिर्फ तुहानू जगह दसी आ फीस तो आप दई दी कि हसन सर दे देंगे फीस तुसी ट्रीटमेंट तो शुरू करो ना मैं तू चाहना कि मेरे फ्री च इत्थे दंद कढ़ देण तो मैं गार्ड बुला लेना तू मेरा भरा ना चल ये दंदा इत्थे नहीं आईदा